अगर आप भी रॉकी टीवी के डीलरशिप लेना चाहते हैं तो दिए गए इस नंबर पर संपर्क करें। हमारा नंबर है 9878740455। कितने के समय तो तुम ये देख लो भी इतने पहला पर्चा जिधर 17 दी दर्ज होया। कमिश्नर लुधियाना ने कमिश्नर कुलदीप सिंह चाल जी दे डीसीपी तेजा जी की अगवाई हेठ जिहड़ा हैगा एक बहुत वड्डा दो बंदियां दा गैंग फड़िया आ और इहदे विच इक होर बंदा नॉमीनेट किया। ये नाल असीं घट्टो घट्ट हुण तक जिहड़ियां ने 12 वारदातां जिहड़ियां लुट्टां खोहांदियां जिहड़ियां हैगियां ट्रेस करन दे विच जिहड़ी हैगी आ उपलब्धी हासिल कीती आ। इहनां दे कोलों असीं इक हुण तक एक एक्टिव आ दो मोबाइल और दात्र जिहड़ा हैगा आ इहदा रिकवर किया आ। इहदे विच इक सोनू नाम दा व्यक्ति जिहड़ा गिरफ्तार किया गया जिहड़ा जवाहर नगर कैंप लुधियाने दा हैगा रहण वाला। दूसरा ऋषभ उर्फ लाडी हैगी आ जिहड़ा इह वी जिहड़ा जवाहर नगर कैंप दा और जिहड़ा सोनू हैगा इहदे उत्ते ऑलरेडी जिहड़े स्नैचिंग दे 3 मुकदमे दर्ज ने और इहनां दे कोलों असीं जिहड़े हैगे आ 12 मुकदमे होर जिहड़े हैगे लुधियाने दे वख वख वारदातां जिहड़ियां होईआं ने ਆਪਣੇ ਆਪਣੇ ਮਾਡਲ ਟਾਊਨ ਦੇ ਵਿੱਚ ਤਿੰਨ ਬੱਸ ਸਟੈਂਡ ਦੇ ਆਲੇ ਦੁਆਲੇ ਜਿਹੜੀਆਂ ਹੈਗੀਆਂ ਦੱਤ ਮਾਰ ਕੇ ਉਹਨੂੰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ। ਇਹਨਾਂ ਦਾ ਬੇਸਿਕ ਬੇਸ ਜਿਹੜਾ ਮਾਡਲ ਆਪਣੇ ਸੀਗਾ ਉਹ ਐਕਟਿਵਾ 'ਤੇ ਜਾਂਦੇ ਕਿਸੇ ਵੀ ਬੰਦੇ ਨੂੰ ਜਿੱਦਾਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦੱਤ ਮਾਰ ਕੇ ਅਤੇ ਮੋਬਾਈਲ ਖੋਲ੍ਹ ਲੈਣਾ ਜਾਂ ਦੱਤ ਦਿਖਾ ਕੇ ਉਹਦੇ ਕੋਲ ਜਿਹੜੇ ਹੈਗੇ ਆ ਪੈਸੇ ਖੋਲ੍ਹ ਲੈਣੇ। ਜ਼ਿਆਦਾਤਰ ਇਹ ਜਿਹੜੇ ਹੈਗੇ ਆ ਕੈਸ਼ ਵੀ ਖੋਂਦੇ ਸੀਗੇ ਔਰ ਇਹਨਾਂ ਦੇ ਮੋਬਾਈਲ ਇੱਕ ਇਹਨਾਂ ਦੇ ਕੋਲੋਂ ਜਿਹੜੀ ਹੋਣੀ ਅਸੀਂ ਐਕਟਿਵਾ ਵੀ ਜਿਹੜੀ ਹੈਗੀ ਆ ਰਿਕਵਰ ਕੀਤੀ ਹੈਗੀ ਆ। ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਉਹਦਾ ਨਾਂ ਨਹੀਂ ਮੈਂ ਡਿਸਕਲੋਜ਼ ਕਰ ਸਕਦਾ ਪ੍ਰੈਸ ਕਾਨਫਰੰਸ, ਬਟ ਇੱਕ ਉਹ ਵੀ ਇਹਦਾ ਗੈਂਗ ਦਾ ਮੈਂਬਰ ਹੈਗਾ ਉਹ ਵੀ ਫੜਨ ਵਾਲਾ ਉਹ ਵੀ ਇਹਨਾਂ ਦੇ ਨਾਲ ਲੁੱਟਾਂ ਖੋਹਾਂ ਦੇ ਵਿੱਚ। ਹਾਂਜੀ ਕੀਤਾ ਨਾਮਜ਼ਦ ਹੋ ਗਿਆ ਬਟ ਉਹ ਜੇ ਮੈਂ ਹੁਣ ਪ੍ਰੈਸ ਕਾਨਫਰੰਸ ਦਾ ਫਿਰ ਉਹ ਦੋਸ਼ੀ ਨੂੰ ਫੜਾ। ਇਹ ਉੱਧਰ ਸੀਗਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਵਾਲੇ ਦੇਖੀ ਜਿਹੜੇ ਕ੍ਰਿਮੀਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹ ਕਈ ਵਾਰੀ ਅਨਰਿਪੋਰਟਡ ਜਿਹੜੀ ਗੱਲ ਕੋਈ ਰਹਿ ਜਾਂਦੀ ਹੈਗੀ ਆ, ਬਟ ਇਹਦੇ ਵਿੱਚ ਜਿਹੜੀ ਹੈਗੀ ਆ ਦੋਸ਼ੀ ਨੇ ਕਨਫੈਸ ਕੀਤਾ ਹੈਗਾ ਕਿ ਉਹਨਾਂ ਨੇ ਆਹ ਵਾਰਦਾਤ ਜਿਹੜੀਆਂ ਹੈਗੀਆਂ ਕੀਤੀਆਂ। ਕੋਈ ਇਹੋ ਜਿਹਾ ਵੀ ਵਿਅਕਤੀ ਹੈਗਾ ਜਿਹੜਾ ਸੀਰੀਅਸ ਇੰਜਰੀ ਹੋਈ ਇਹਨਾਂ ਦਾ ਸ਼ਿਕਾਰ ਬਣਿਆ? ਹੁਣ ਤੱਕ ਦੀ ਜਿਹੜੀ ਪੁੱਛਗਿੱਛ ਆ ਉਹਦੇ ਵਿੱਚ ਦਾ ਜਿਹੜਾ ਹੈਗਾ ਇਹਨਾਂ ਦੇ 2-3 ਇੰਜਰੀਸ ਵਾਲੇ ਜਿਹੜੇ ਕਿ 379B ਦੇ ਜਿਹੜੇ ਪਹਿਲੇ ਵੀ ਮੁਕੱਦਮੇ ਹੈਗੇ ਉਹ ਉਹੀ ਹੁੰਦੇ ਆ ਜਿਹਦੇ ਵਿੱਚ ਕਿ ਕੋਈ ਨਾ ਕੋਈ ਸੱਟ ਲਾ ਕੇ ਜਿਹੜੀ ਹੈ ਖੋਹ ਕੀਤੀ ਗਈ ਹੁੰਦੀ ਆ। ਉਹ ਆਲਰੇਡੀ 3 ਮੁਕੱਦਮੇ ਜਿਹੜੇ ਹੈਗੇ 379B ਦੇ ਹੈਗੇ ਆ, ਸੋ ਨੈਚੁਰਲੀ ਜਿਹੜੀ ਹੈ ਤੁਹਾਡੇ ਵਾਲੀ ਗੱਲ ਹੈ ਸਹੀ ਹੈਗੀ ਜੀ। ਦਾਤਰ ਵਿਖਾ ਕੇ ਉਹ ਬੰਦੇ ਤੋਂ ਜਿਹੜੇ ਨਹੀਂ ਦਾਤ ਤਾਂ ਹੁਣ ਫੜੇ ਗਏ, ਹੁਣ ਦਾਤ ਬਰਾਮਦ ਕੀਤਾ ਨਾ ਜੀ ਹੁਣ ਨੈਚੁਰਲੀ ਜੋ ਸਕੂਟਰੀ ਦੀ ਜਿਹੜੀ ਹੁਣ ਸਕੂਟਰੀ ਰਿਕਵਰ ਕੀਤੀ ਹੈ ਇਹਦੇ ਉੱਤੇ ਚੜ੍ਹ ਕੇ ਜੇ ਹੀ ਮੈਂ ਉਹੀ ਬੇਨਤੀ ਕਰ ਰਿਹਾ ਕਿ ਜਿਹੜੇ ਸਕੂਟਰੀ ਉੱਤੇ ਚੜ੍ਹ ਕੇ ਜਿਹੜਾ ਹੈਗਾ ਦਾਤ ਦੇ ਨਾਲ ਜਿਹੜੀ ਹੈਗੀ ਆ ਉਹ ਵਾਰਦਾਤ ਕੀਤੀ ਹੈ, ਜਿਹੜੀ ਸਕੂਟਰੀ ਵੀ ਰਿਕਵਰ ਹੋ ਗਈ ਔਰ ਦਾਤ ਵੀ।
ਜਿਹੜੀ ਕਾਬਲੇ ਤਾਰੀਫ ਹੈ ਸਾਡੇ ਥਾਣੇ ਦੇ ਵਿੱਚ ਨੂੰ ਸਾਡੇ ਐਸ ਐਚ ਓ ਤੇ ਏ ਸੀ ਪੀ ਸਾਹਿਬ ਜਿਹਨਾਂ ਨਾਕਾਬੰਦੀ ਚਲਾਉਣਾ ਰੋਕ ਕੇ ਜੀ ਵਾਰਤਾ 12 ਟਰੇਸ ਹੋ ਚੁੱਕੀ ਹੋ ਹੋਈਆਂ ਨੇ, ਲੇਕਿਨ ਹੋਰ ਰਿਮਾਂਡ ਤੋਂ ਬਾਅਦ ਕਿੰਨੀਆਂ ਵਾਰਤਾਂ ਰਿਮਾਂਡ ਮਿਲਿਆ? ਦੇਖੋ ਸਾਨੂੰ ਉਮੀਦ ਹੈ ਕਿ ਘੱਟੋ ਘੱਟ ਇਹਨਾਂ 20 ਤੋਂ ਜ਼ਿਆਦਾ ਵਾਰਦਾਤਾਂ ਜਿਹੜੀਆਂ ਹੈਗੀਆਂ ਟਰੇਸ ਹੋਣਗੀਆਂ, ਕਿਉਂਕਿ ਕੁਛ ਇਹਨਾਂ ਨੇ ਜਿਹੜੀਆਂ ਹੁਣ ਹਜੇ ਟਰੇਸ ਕਰ ਰਹੇ, ਕੁਛ ਜਿਹੜੀਆਂ ਬਾਕੀ ਹੋਰ ਵੀ ਜਿਹੜੇ ਅੱਗੇ ਬਾਕੀ ਦੋਸਤ ਸੀ ਇਹਨਾਂ ਦੇ ਨਾਲ ਦੇ ਸਾਥੀ ਹੈਗੇ ਉਹਨਾਂ ਤੋਂ ਵੀ ਪਤਾ ਲੱਗਣਗੇ। ਕਿਉਂਕਿ ਹਮੇਸ਼ਾ ਕ੍ਰਿਮੀਨਲ ਦਾ ਇਹ ਹੁੰਦਾ, ਕ੍ਰਿਮੀਨਲ ਉਨੀ ਕੀ ਗੱਲ ਐਕਟੀਵਿਟੀ ਦੱਸਦਾ ਹੁੰਦਾ ਜਿੰਨੀ ਕੁ ਪੁਲਿਸ ਉਹ ਤੋਂ ਪੁੱਛਦੀ ਹੁੰਦੀ ਹੈ। ਜਦੋਂ ਜ਼ਿਆਦਾ ਉਹ ਤੋਂ ਬਰੀਕੀ ਨਾਲ ਪੁੱਛ ਕੇ ਜਿਹੜੀ ਹੈਗੀ ਹੈ ਰਿਮਾਂਡ ਲੈ ਕੇ ਕਰਾਂਗੇ ਤਾਂ ਫਿਰ ਉਹਦਾ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰਾਂਗੇ। ਜਵਾਹਰ ਨਗਰ ਕੈਂਪ ਦੇ ਹੈਗੇ ਲੁਧਿਆਣੇ ਦੇ ਜੀ ਦੋਨੇ ਰਹਿ। ਮੋਸਟਲੀ ਜਿਹੜੇ ਏਰੀਆ ਜਿਹਦੇ ਵਿੱਚ ਹੁਣ ਇਹਨਾਂ ਨੂੰ ਫੜਿਆ ਗਿਆ ਉਹ ਤਾਂ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਫੜਿਆ ਗਿਆ ਵਾਰਦਾਤ ਕਰਦੇ ਹੋਏ, ਔਰ ਬਾਕੀ ਜਿਹੜੇ ਇਹਨਾਂ ਦਾ ਜਿਹੜਾ ਏਰੀਆ ਸੀਗਾ ਉਹ ਤਾਂ ਆਪਣੇ ਲੁਧਿਆਣਾ ਬੱਸ ਸਟੈਂਡ ਦੇ ਨਾਲ ਦਾ ਜਿਹੜਾ ਹੈਗਾ ਮਾਡਲ ਟਾਊਨ ਦੇ ਜਿਹੜਾ ਪ੍ਰੈਸ ਲਿਖਿਆ ਹੋਇਆ ਅੱਗੇ ਉਸ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਵਾਰਦਾਤ ਕੀਤੀ। ਜਿਹੜੀ ਹਜੇ ਤੱਕ ਐਸੀ ਗੱਲ ਕੋਈ ਨਹੀਂ ਹੈਗੀ, ਬਟ ਫਿਰ ਵੀ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਹੈਗੀ ਆ ਜੋ ਵੀ ਆਪਣੀ ਡੋਪ ਟੈਸਟ ਕਰਵਾ ਕੇ ਫਿਰ ਕਨਫਰਮ ਕਰਕੇ। ਦੇਖੋ ਫਿਲਹਾਲ ਜਿਹੜੇ ਹੈਗੇ 3 ਮੁਕੱਦਮੇ ਦਰਜ ਹੈਗੇ ਨੇ 2023 ਤੋਂ, ਇਹ ਜੇਲ੍ਹ 'ਚ ਸੀਗਾ ਬਾਹਰ ਆਇਆ, ਇਹ ਵਿਹਲਾ ਟਾਈਪ ਆ। ਦੇਖੋ ਬਾਕੀ ਜਿਹੜੇ ਕਿੱਥੋਂ ਕਿੱਥੋਂ ਹੋਏ ਨੇ, ਕਿਹੜੇ ਕਿਹੜੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹ IMI ਸਰਚ ਲਾ ਕੇ ਜ਼ਰੂਰ ਜਿਹੜੇ ਬਾਕੀ ਵੀ ਜਿਹੜੇ ਰਿਕਾਰਡ ਇਹ ਸਾਰੇ ਜਿਹੜੇ ਹੈਗੇ ਨਾ ਜੀ ਹੁਣ ਰਿਮਾਂਡ ਲੈ ਲਿਆ ਇਹਨਾਂ ਦਾ, ਪੁੱਛਗਿੱਛ ਕਰਕੇ ਜ਼ਰੂਰ ਤੁਹਾਡਾ ਇਨਫੋਰਮੇਸ਼ਨ। ਇਹਨਾਂ ਦਾ 3 ਦਿਨ ਦਾ ਰਿਮਾਂਡ ਹੈ, ਬਿਲਕੁਲ ਜਲਦੀ। ਥੈਂਕ ਯੂ।